ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜ਼ੀ ਪੰਜਾਬ ਹਰਿਆਣਾ ਹਿਮਾਚਲ ਮੈਂ ਹਰਸ਼ਦੀਪ ਕੌਰ ਔਰ ਨਸਰ ਪਾਲੇ ਨੇ 52 ਸ਼ਾਰਟ ਐਂਡ ਸ਼ਾਰਪ ਖਬਰਾਂ ਤੇ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੇ ਕਿਆਸਾਂ ਵਿਚਾਲੇ ਸੰਜੇ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਇੰਚਾਰਜ ਸੰਜੇ ਸਿੰਘ ਨੇ ਸਾਫ਼ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਬਿਨਾਂ ਸ਼ਰਤ ਪਾਰਟੀ ਵਿੱਚ ਸ਼ਾਮਲ ਹੋਣਗੇ। ਨਵਜੋਤ ਸਿੰਘ ਸਿੱਧੂ ਕਦੋਂ ਸ਼ਾਮਲ ਹੋਣਗੇ ਉਹਨਾਂ ਕਿਹਾ ਕਿ ਇਸ ਬਾਰੇ ਤਸਵੀਰ ਜਲਦੀ ਸਾਫ਼ ਹੋਵੇਗੀ। ਜਿਸ ਵਿਅਕਤੀ ਨੇ ਇਤਨਾ ਬਹਾਦਰੀ ਭਰਾ ਫੈਸਲਾ ਲਿਆ ਹੈ ਵੋ ਕਿਸੀ ਪ੍ਰੀ ਕੰਡੀਸ਼ਨ ਕੇ ਸਾਥ ਆਏਗਾ, ਕਿਸੀ ਸ਼ਰਤ ਕੇ ਸਾਥ ਆਏਗਾ, ਐਸਾ ਮੈਂ ਨਹੀਂ ਮਾਨਤਾ ਔਰ ਐਸਾ ਸੋਚਣਾ ਗਲਤ ਹੋਗਾ। ਕੀ ਸਥਿਤੀ ਹੈ ਵੋ ਉਹਨੇ ਬਤਾਇਆ, ਤੋ ਜਬ ਪਾਰਟੀ ਕੇ ਅੰਦਰ ਸ਼ਾਮਿਲ ਹੋਣੇ ਕਾ ਫੈਸਲਾ ਹੋਗਾ ਉਸਕੇ ਬਾਰੇ ਮੈਂ ਉਨਕੀ ਵੀ ਸਥਿਤੀ ਸਪਸ਼ਟ ਹੈ ਕਿ ਨਵਜੋਤ ਸਿੰਘ ਸਿੱਧੂ ਜੀ ਕਾ ਜੋ ਫੈਸਲਾ ਹੋਗਾ ਉਸਕੇ ਸਾਥ ਹੋ ਜਾਏਗੀ। ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੇ ਮਿਸਿਸ ਸਿੱਧੂ ਦਾ ਵੱਡਾ ਬਿਆਨ, ਕਿਹਾ ਰਾਜ ਸਭਾ ਦੇ ਅਸਤੀਫੇ ਦਾ ਮਤਲਬ ਹੁਣ ਸਿੱਧੂ ਨਹੀਂ ਨੇ ਬੀਜੇਪੀ ਦੇ ਨਾਲ। He will not, you know, it is understood that if you want to, he's quit Rajya Sabha, that means he's left BJP. So there is no concern about his joining or this thing. So that is, he's very, very clear on it. You know, and there is no question of his going back. He has never gone back on his words. ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ, ਕਿਹਾ ਵਿਧਾਇਕ ਤੇ ਮੁੱਖ ਪਾਰਲੀਮਾਨੀ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਅਜੇ ਨਹੀਂ ਕੀਤਾ ਫੈਸਲਾ। ਜਿੱਥੇ ਜਾਣਗੇ ਸਿੱਧੂ ਉੱਥੇ ਜਾਵਾਂਗੀ ਮੈਂ, ਮੈਡਮ ਸਿੱਧੂ ਦਾ ਦਾਅਵਾ। ਬੀਜੇਪੀ ਨੇ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਦਿੱਤਾ ਢੁੱਕਵਾਂ ਮੌਕਾ। ਦੇਖੋ, ਆਈ ਐਮ ਵਰਕਿੰਗ ਐਜ਼ ਅ ਐਮ ਐਲ ਏ ਐਂਡ ਸੀ ਪੀ ਐਸ ਫਰੋਮ ਮਾਈ ਪਾਰਟੀ। ਆਈ ਹੈਵ ਮੇਡ ਨੋ ਡਿਸੀਜਨ ਫੋਰ ਨਵਜੋਤ। ਹਿਜ਼ ਆਲਟਰਨੇਟਿਵ ਇਜ਼ ਆਪਸ਼ਨ ਇਜ਼ ਵੈਰੀ ਵੈਰੀ ਕਲੀਅਰ। ਹੀ ਇਜ਼ ਵੈਰੀ ਵੈਰੀ ਕਲੀਅਰ ਔਨ ਹਿਜ਼ ਗੋਇੰਗ ਇਨ ਹਿਜ਼ ਸਰਵਿੰਗ ਪੰਜਾਬ। ਸੋ ਯੂ ਕੈਨ ਵੈਲ ਅੰਡਰਸਟੈਂਡ ਵਟ ਆਪਸ਼ਨ ਹੀ ਹੈਜ਼। ਨਵਜੋਤ ਕੌਰ ਨੇ ਕਿਹਾ ਕਿ ਸਿੱਧੂ ਅਜੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਸੂਬੇ ਤੋਂ ਬਾਹਰ ਰੱਖਣ ਦਾ ਕੋਈ ਮਤਲਬ ਨਹੀਂ ਸੀ। ਜਨਤਾ ਜਿਸ ਪਾਰਟੀ ਨੂੰ ਚੁਣੇਗੀ ਉਸ ਦੇ ਨਾਲ ਸੇਵਾ ਕਰਨਗੇ, ਅਗਵਾਈ ਤੋਂ ਮਤਲਬ ਨਹੀਂ। ਹੀ ਇਜ਼ ਅ ਵੈਰੀ ਯੂ ਨੋ ਸਪਿਰਚੁਅਲ ਮੈਨ ਤੇ ਬਾਉਂਡ ਬਾਈ ਵਰਡਸ। ਤੇ ਉਹਦੇ ਬੜੇ ਕਲੀਅਰ ਜੀ ਗੱਲ ਸੀਗੀ ਕਿ ਮੈਂ ਹਿੰਦੁਸਤਾਨ ਨਹੀਂ ਪਹਿਲਾਂ ਪੰਜਾਬ ਨੂੰ ਸਰਵ ਕਰਨਾ ਚਾਹੁੰਦਾ। So his motto is serving Punjab. So when it is very clear in his statement ki jadon sare darwaze band ho gaye Punjab ton, jadon na MP election jadon nu kya sare Hindustan chon lad le, un udon hi nahi gaya 4 saal pehla te udon sacrifice nahi si। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੋ ਨਵਜੋਤ ਸਿੰਘ ਸਿੱਧੂ ਕਹਿਣਗੇ ਉਹੀ ਕਰੇਗੇ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਬੀਜੇਪੀ ਨੂੰ ਬਹੁਤ ਚਾਂਸ ਦਿੱਤਾ ਪਰ ਹੁਣ ਪਿੱਛੇ ਹਟਣ ਦਾ ਮਤਲਬ ਹੀ ਨਹੀਂ। ਐਂਡ ਜੇ ਕਹੋਗੇ ਕਿ ਪੰਜਾਬ ਛੱਡ ਕੇ ਕਿਤੇ ਹੋਰ ਕੰਮ ਕਰ ਲਓ ਅਗੇਂਸਟ ਯੋਰ ਮੋਰਲ ਦਿਸ ਥਿੰਗ, ਸੋ ਡਜ਼ਨਟ ਵਰਕ। ਸੋ ਇਨਫ ਚਾਂਸ ਬੀਜੇਪੀ ਨੂੰ ਸੀਗਾ ਕਿ ਅੱਗੇ ਲਗਾ ਕੇ ਸਿੱਧੂ ਨੂੰ ਕਰ ਸਕਦਾ। ਸੋ ਇਟਸ ਨਥਿੰਗ ਇਫ ਦੇ ਥੋਟ ਦੈਟ ਹੀ ਡਜ਼ਨਟ ਡਿਜ਼ਰਵ ਇਟ ਔਰ ਹੀ ਇਜ਼ ਨੋਟ ਸੱਚ ਅ ਕਾਇੰਡ ਆਫ ਅ ਪਰਸਨ ਹੂ ਕੈਨ ਡੂ ਸਮਥਿੰਗ ਫੋਰ ਬੀਜੇਪੀ ਇਨ ਪੰਜਾਬ। ਸਿੱਧੂ ਦੇ ਅਸਤੀਫੇ ਤੇ ਮੈਡਮ ਸਿੱਧੂ ਦੇ ਬਿਆਨਾਂ ਤੋਂ ਬਾਅਦ ਸਿਆਸਤ ਗਰਮ ਹੋ ਗਈ ਹੈ। ਪੰਜਾਬ ਬੀਜੇਪੀ ਪ੍ਰਧਾਨ ਨੇ ਕਿਹਾ ਕਿ ਬੀਜੇਪੀ 'ਚ ਹੀ ਨੇ ਨਵਜੋਤ ਸਿੰਘ ਸਿੱਧੂ। ਮੈਂ ਇਸਕੇ ਉੱਪਰ ਸੋਚ ਵੀ ਨਹੀਂ ਸਕਦਾ ਕਿ ਉਹ ਬੀਜੇਪੀ ਛੋੜ ਕਰ ਜਾ ਸਕਦੇ। ਸੋ ਇਸ ਲਈ ਇਹ ਇੱਕ ਅਫਵਾਹ ਹੈ, ਲੋਕਾਂ ਕੇ ਆਪਣੇ ਆਪਣੇ ਆਈਡੀਆਜ਼ ਹੈ, ਮਤਲਬ ਉਹ ਅਭੀ ਤੱਕ ਬੀਜੇਪੀ ਮੈਂ ਹੈ। ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੇ ਉਸ ਪਿੱਛੋਂ ਪੱਕੀ ਸਿਆਸਤ ਤੇ ਤਿੱਖੇ ਸ਼ਬਦੀ ਹਮਲੇ ਬੋਲੇ ਨੇ। ਮੁੱਖ ਮੰਤਰੀ ਨੇ ਕਿਹਾ ਹੈ ਕਿ ਸਾਰੇ ਭਗੌੜੇ ਇੱਕ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ। ਸਾਰੇ ਭਗੌੜੇ, ਕੋਈ ਕਿਸੇ ਪਾਰਟੀ ਨੂੰ ਛੱਡਦਾ, ਕਿਸੇ ਨੂੰ ਛੱਡਦਾ, ਇਹ ਜੇ ਅਸੂਲ ਤੇ ਜਿਹੜਾ ਨਹੀਂ ਰਹੂਗਾ ਕੋਈ ਬੰਦਾ ਸਿਰ। ਮੈਂ ਹੁਣ ਅੱਗੇ ਪਾਰਟੀ 'ਚ ਬੈਠਾ, 5 ਵਾਰੀ ਮੈਂ ਚੀਫ ਮਿਨਿਸਟਰ ਬਣੇ, ਮੁਸੀਬਤ ਵੀ ਆਉਂਦੀ ਹੈ, ਕਦੇ ਕੋਈ ਹੋਰ ਵੀ ਹੁੰਦੀ ਹੈ, ਜਿਹਨਾਂ 'ਚ ਵੀ ਗਏ, ਜਿਹਨਾਂ 'ਚ ਵੀ ਹਰ ਚੀਜ਼ ਕਰਨੀ ਪੈਂਦੀ। ਮੈਂ ਸਾਰੇ ਪੋਲੀਟੀਸ਼ੀਅਨਾਂ ਨੂੰ ਇਹੀ ਕਹਿੰਦਾ ਕਿ ਆਪਦੇ ਜਿਹੜੀ ਪਾਰਟੀ 'ਚ ਅਸੂਲ ਨਾਲ ਤੁਸੀਂ ਉਹਦੇ ਜੜੇ ਰਹੋ।
ਨਾਲ ਹੀ ਮਿਸਟਰ ਸਿੱਧੂ ਤੋਂ ਬਾਅਦ ਮਿਸਿਸ ਸਿੱਧੂ ਦੇ ਬਤੌਰ ਮੁੱਖ ਪਾਰਲੀਮਾਨੀ ਸਕੱਤਰ ਅਸਤੀਫੇ ਦੇ ਕਨਸੋਹਾ ਤੇ ਮੁੱਖ ਮੰਤਰੀ ਨੇ ਕਿਹਾ ਕਿ ਅਜੇ ਤੱਕ ਅਸਤੀਫਾ ਮਿਲਿਆ ਨਹੀਂ ਹੈ, ਜੇ ਮਿਲੇਗਾ ਤਾਂ ਮਨਜ਼ੂਰ ਕਰ ਲਿਆ ਜਾਵੇਗਾ। ਗੱਲ ਤਾਂ ਇੱਥੇ ਹੈ, ਮੇਰੇ ਕੋਲ ਨਹੀਂ ਆਇਆ, ਜੇ ਆਇਆ ਤਾਂ ਜੇ ਉਹਨੇ ਲਿਖ ਕੇ ਭੇਜਿਆ ਮਨਜ਼ੂਰ ਕਰ ਦੇਣਗੇ, ਮੇਰੇ ਕੋਲ ਨਹੀਂ ਆਇਆ। ਕੀ ਗੱਲ ਹੈ, ਉਹ ਅਸਤੀਫਾ ਦੇਵੇ, ਮੈਨੂੰ ਕੀ ਨਹੀਂ ਕਰਨਾ ਚਾਹੁੰਦਾ। ਅਕਾਲੀ ਦਲ ਦਾ ਆਮ ਆਦਮੀ ਪਾਰਟੀ ਅਤੇ ਸਿੱਧੂ ਜੋੜੇ ਤੇ ਹਮਲਾ, ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਿੱਧੂ ਜੋੜੇ ਨੂੰ ਦੱਸਿਆ ਮੌਕਾ ਪ੍ਰਸਤ। ਕਿਆ ਜਨਤਾ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਹੀ ਨਕਾਰ ਦਿੱਤਾ ਗਿਆ ਸੀ। ਉਧਰ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਸਿੱਧੂ ਜੋੜੇ ਤੇ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ ਜਨਤਾ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਸੀ ਅਤੇ ਮੌਕਾ ਪ੍ਰਸਤੀ ਦੀ ਸਿਆਸਤ ਕਰਦੇ ਹੋਏ ਸਿੱਧੂ ਨੇ ਹੁਣ ਬੀਜੇਪੀ ਛੱਡ ਦਿੱਤੀ ਹੈ। पार्टी से निकारे गए हैं, जनता से निकारे गए हैं, जिनका बेस नहीं है और मालूम है अगली टिकट नहीं मिलनी है। ये सारा जो ऐसे लोग हैं वो सब जाके ऐसी पार्टी में इकट्ठे हो रहे, पार्टी ऑफ अपॉर्चुनिस्ट नई पार्टी निकल के आई है। ਹਰਸਿਮਰਤ ਕੌਰ ਬਾਦਲ ਨੇ ਨਵਜੋਤ ਸਿੰਘ ਸਿੱਧੂ ਤੋਂ ਇਹ ਵੀ ਪੁੱਛਿਆ ਕਿ ਕੁਝ ਵਕਤ ਪਹਿਲਾਂ ਸਿੱਧੂ ਆਮ ਆਦਮੀ ਪਾਰਟੀ ਤੇ ਸਿਆਸੀ ਹਮਲਾ ਕਰਦੇ ਸਨ, ਅੱਜ ਉਹਨਾਂ ਦੇ ਨਾਲ ਖੜੇ ਹੋ ਰਹੇ ਨੇ। एक साल पहले इसी केजरीवाल को ड्रामेबाज, पलटीबाज क्या क्या नहीं बोलते थे। अब मुझे तो नहीं पता कि केजरीवाल साहब में क्या बदलाव आया है कि एकदम वो अच्छे लगने लग गए। मैं तो यही बोलूंगी कि जो इंसान अपनी पार्टी के नहीं हो सके, जिन्होंने तीन बारी उनको एमपी बनाया, जो अपने उनके नहीं हो सके, उनके सियासी गुरु के जो उनको सियासत में लेके आए, अपने प्रधानमंत्री के नहीं होते, जो राष्ट्रपति से नॉमिनेट, राष्ट्रपति के नहीं हो, वो देश की जनता के क्या होंगे। तो आप मेरे से क्यों ऐसी बातें पूछ रहे हैं, तो पंजाब की जनता जवाब देगी। उधर पंजाब कांग्रेस इंचार्ज आशा कुमारी ने सिद्धू के अस्तीफे नु डील दी सियासत दसिया। सिद्धू जी को और उनकी पत्नी को पंजाब से या और किसी से कोई ज्यादा मतलब नहीं है। उनको जहाँ ज़्यादा अच्छी डील मिलेगी, अवसरवादी एक अपॉर्चुनिस्ट का जो तौर तरीका होता है, वो इस तरह की डबल टॉक करते हैं। मुझे नहीं लगता कि इनको अपने अलावा भारतीय जनता पार्टी या पंजाब या आम आदमी पार्टी किसी से कोई लेना देना है। ਉਧਰ ਨਵਜੋਤ ਸਿੰਘ ਸਿੱਧੂ ਦੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਕਿਆਸਾਂ ਵਿਚਾਲੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਹੈ ਕਿ ਸਿੱਧੂ ਬਿਨਾਂ ਕਿਸੇ ਸ਼ਰਤ ਪਾਰਟੀ ਵਿੱਚ ਸ਼ਾਮਲ ਹੋਣਗੇ ਅਤੇ ਪਾਰਟੀ ਜਿਸ ਨੂੰ ਵੀ ਸੀਐਮ ਅਹੁਦੇ ਦਾ ਉਮੀਦਵਾਰ ਬਣਾਉਣ ਉਹਨਾਂ ਨੂੰ ਮਨਜ਼ੂਰ ਹੋਵੇਗਾ। ਕਿ ਜਿਹੜਾ ਚੰਗਾ ਬੰਦਾ ਆਉਣਾ ਚਾਹੁੰਦਾ, ਆਮ ਆਦਮੀ ਪਾਰਟੀ ਖੁੱਲ੍ਹ ਦਿਲੀ ਨਾਲ ਉਹਦਾ ਸਵਾਗਤ ਕਰੂਗੀ। ਤੰਗ ਦਿਲੀ ਦੀ ਰਾਜਨੀਤੀ ਅਸੀਂ ਨਹੀਂ ਕਰਦੇ। ਸਾਡੀ ਪਾਰਟੀ 'ਚ ਕੋਈ ਅਹੁਦਿਆਂ ਦੀ ਦੌੜ ਨਹੀਂ ਹੈਗੀ ਔਰ ਸਾਡੀ ਪਾਰਟੀ 'ਚ ਕੋਈ ਕੰਡੀਸ਼ਨਾਂ ਲੈ ਕੇ ਨਹੀਂ ਆਉਂਦਾ। ਕਾਂਗਰਸ ਪਾਰਟੀ ਦੇ ਬਹੁਤ ਵੱਡੇ ਵੱਡੇ ਨੇਤਾ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਪੰਜਾਬ ਤੋਂ, ਪਰ ਉਹ ਵਲੰਟੀਅਰ ਬਣ ਕੇ ਆਏ ਨੇ। ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦਾ ਇੰਤਜ਼ਾਰ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਕੰਡੀਸ਼ਨ ਲੈ ਕੇ ਸਿੱਧੂ ਸਾਹਿਬ ਆਉਣਗੇ। ਮੈਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿੱਥੋਂ ਤੱਕ ਜਾਣਦਾ, ਜਿਨ੍ਹਾਂ ਨੇ ਰਾਜ ਸਭਾ ਦੀ ਜਿਹੜੀ ਮੈਂਬਰਸ਼ਿਪ ਠੁਕਰਾ ਤੀ, ਮੈਨੂੰ ਨਹੀਂ ਲੱਗਦਾ ਕਿ ਉਹ ਬੰਦਾ ਕੋਈ ਇਹੋ ਜਿਹੀ ਕੰਡੀਸ਼ਨ ਲੈ ਕੇ ਜਾਂ ਕੋਈ ਛੋਟੇ ਦਿਲ ਦੀ ਰਾਜਨੀਤੀ ਕਰਨ ਆਊਗਾ। ਆਮ ਆਦਮੀ ਪਾਰਟੀ ਕਾਰਾਂ ਜਾਂ ਸਰਕਾਰਾਂ ਬਦਲਣ ਨਹੀਂ ਆਈ, ਆਮ ਆਦਮੀ ਪਾਰਟੀ ਸਿਸਟਮ ਬਦਲਣ ਵਾਸਤੇ ਆਈ ਹੈ। ਸਾਡੇ 'ਚ ਕੋਈ ਦੌੜ ਨਹੀਂ। ਜਿਹਨੂੰ ਵੀ ਆਮ ਆਦਮੀ ਪਾਰਟੀ ਜਾਂ ਸਾਡੇ ਵਲੰਟੀਅਰ ਜਾਂ ਸਾਡੇ ਪੰਜਾਬ ਦੇ ਲੋਕ ਪਸੰਦ ਕਰਨਗੇ, ਉਹਦਾ ਨਾਮ ਪਾਰਟੀ ਅੱਗੇ ਕਰ ਦੂਗੀ, ਔਰ ਜਿਹਦਾ ਨਾਮ ਪਾਰਟੀ ਨੇ ਅੱਗੇ ਕਰਤਾ ਕੋਈ ਬਗਾਵਤ ਨਹੀਂ ਹੋਊਗੀ, ਔਰ ਉਹਦੇ ਨਾਮ ਦੇ ਨਾਲ ਅਸੀਂ ਲੜਾਂਗੇ। ਅਤੇ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਸਫਾਇਆ ਕੀਤਾ ਸਾਰੀਆਂ ਫਿਰਕੂ ਪਾਰਟੀਆਂ ਦਾ, ਇਸ ਤਰ੍ਹਾਂ ਪੰਜਾਬ 'ਚ ਮਨੀ ਲਾਂਡਰਿੰਗ ਮਾਮਲੇ 'ਚ ਮੁੱਖ ਮੰਤਰੀ ਵੀਰਭਦਰ ਸਿੰਘ ਦੀ ਅਰਜ਼ੀ ਤੇ ਦਿੱਲੀ ਹਾਈ ਕੋਰਟ ਦਾ ED ਨੂੰ ਨੋਟਿਸ। ਮਾਮਲੇ ਵਿੱਚ ਅਗਲੀ ਸੁਣਵਾਈ 29 ਜੁਲਾਈ ਨੂੰ। ਹੰਗਾਮੇਦਾਰ ਰਹਿ ਸਕਦਾ ਹਿਮਾਚਲ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ। ਬੀਜੇਪੀ ਨੇ ਜ਼ਾਹਿਰ ਕੀਤੇ ਤਲਖ ਤੇਵਰ। ਸੀਐਮ ਦੇ ਖਿਲਾਫ਼ ਮਨੀ ਲਾਂਡਰਿੰਗ ਦੇ ਮੁੱਦੇ ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਵਿੱਚ ਵਿਰੋਧੀ ਧਿਰ। ਮੌਨਸੂਨ ਸੈਸ਼ਨ ਨੂੰ ਲੈ ਕੇ ਬੀਜੇਪੀ ਦੇ ਹਮਲਾਵਰ ਤੇਵਰ ਤੇ ਮੁੱਖ ਮੰਤਰੀ ਵੀਰਭਦਰ ਸਿੰਘ ਨੇ ਲਈ ਚੁਟਕੀ। ਬੋਲੇ ਸਦਨ ਵਿੱਚ ਹੰਗਾਮਾ ਕਰਨਾ ਬੀਜੇਪੀ ਦੀ ਆਦਤ। ਬੀਜੇਪੀ ਦੀ ਆਦਤ ਤੋਂ ਸਰਕਾਰ ਵਾਕਫ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦਰ ਸਿੰਘ ਨੇ ਸੁਪਰੀਮ ਕੋਰਟ ਵੱਲੋਂ ਮਾਮਲੇ ਲੋਢਾ ਕਮੇਟੀ ਦੇ ਸਿਫਾਰਸ਼ਾਂ ਨੂੰ ਮਨਜ਼ੂਰ ਕੀਤੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਬਿਲਕੁਲ ਠੀਕ ਹੈ, ਅੱਛੀ ਬਾਤ ਹੈ। ਆਈ ਐਪਰੀਸ਼ੀਏਟ ਇਟ। ਔਰ ਕ੍ਰਿਕਟ
क्रिकेट हो या दूसरे खेल सेशन हैं, सबके में बहुत परिवर्तन करने की जरूरत है। गुरुदक्ष प्रजापति की जयंती की रैली के मौके पर हिसार में एक रैली का आयोजन होया। इस रैली में हरियाणा के कैबिनेट मंत्री कृष्ण लाल पवार ने शिरकत की। पवार तो इलावा रैली में स्थानक विधायक और सीपीएस डॉक्टर कमल गुप्ता भी मौजूद रहे। इस मौके पर एक होस्टल का नींह पत्थर भी रखा गया। मुख्यमंत्री मनोहर लाल वालों कैबिनेट मंत्री कृष्ण लाल पवार ने 21 लाख रुपए देने का ऐलान किया। उधर सीपीएस डॉक्टर कमल गुप्ता ने 5 लाख रुपए देने का ऐलान किया। मुकदमा रद्द करवाउण पहुंचे राहुल गांधी नूं सुप्रीम कोर्ट की नसीहत। हेठली अदालत विच मुकदमे का सामना करन आरएसएस नूं गांधी जी का हथियारा दसन ते राहुल ते है मानहानि दा इल्जाम। मानसून सैशन च जीएसटी बिल पास होण दा रस्ता होया साफ। कुछ मंगां नूं मन्ने जाण तों बाद तैयार हुई कांग्रेस। अरुण जेटली अते आनंद शर्मा दे विचकार हुई चर्चा। अगले हफ्ते राज्यसभा विच बिल आवेगी सरकार। इंटरनेट के जरिए नफरत फैलाने वाली वेबसाइट से रोक लगाने की तैयारी में सरकार। सोशल मीडिया से भी पैनी नजर। लोकसभा में किरण रिजिजू का जवाब। मोदी सरकार ने दी सरकारी बाबुआ नूं नसीहत। सोशल मीडिया नाल जुड़न पर सरकार की बुराई तो करन परहेज। कणक बीज विक्री घोटाले में चार्जशीट के खिलाफ खेमका नूं करना है जवाब दाखिल। पर खेमका नूं अजे तक नहीं मिले दस्तावेज। विच बोले नियमों के मुताबिक खेमका नूं जो दस्तावेज मिलने चाहिए ने उन्हां नूं मिलणगे। रोहतक जिला प्रशासन ने राजकुमार सैनी की 27 अगस्त नूं होने वाली रैली नूं दित्ती मंजूरी। पुराना बस स्टैंड स्थित कम्यूनिटी सेंटर विच होवेगी रैली। अंबाला विच लगातार बढ़ रहे विद्यार्थियों नाल छेड़छाड़ के मामले। फिकरमंद अध्यापकों ने पुलिस कमिश्नर नूं दित्ती शिकायत। छेड़छाड़ के घटनावां ते रोक लगाउण दी कीती अपील। रोहतक गैंगरेप मामले च हरियाणा के डीजीपी केपी सिंह ने कहा कि मामले च 3 मुलजमान नूं गिरफ्तार किया गया है। बाकी 2 मुलजमान नूं गिरफ्तार किया जाएगा। नाल ही डीजीपी केपी सिंह ने कहा कि पुलिस इस तरीके के मामले नूं लेके बेहद संजीदा रहती है। तां डीजीपी केपी सिंह ने कहा कि पुलिस इस तरीके के मामलों नूं लेके बेहद गंभीर है। साध्वी रेप मामले च पंचकूला की विशेष सीबीआई अदालत च अज हुई सुनवाई। राम रहीम वालों पाई गई पटीशन से दोवां धिरां विच हुई बहस। बचाव पक्ष ने शुरुआती जांच करने वाले अफसरों नूं अदालत च पेश करन दी कीती मंग। मामले की अगली सुनवाई 21 जुलाई नूं। देश के सब तो पहले एडवांस अर्थक्वेक वार्निंग सिस्टम का उद्घाटन हरियाणा के वित्त मंत्री कैप्टन अभिमन्यु ने किया। इस सिस्टम की खास गल यह है कि भूचाल आने तो 30 सैकेंड पहला ही सूचना दे देगा। कश्मीर से दखल अंदाजी के खिलाफ दिल्ली तो लेकर जम्मू तक पाकिस्तान के खिलाफ गुस्सा। नवाज शरीफ के पुतले फूके गए। दिल्ली च पाकिस्तानी दूतावास से बाहर पैंथर्स पार्टी का प्रदर्शन। तो उधर कश्मीर में अज भी सारे जिले च कर्फ्यू। कल 3 होर लोगों की मौत तो बाद मरण वाले की गिनती 44 पहुंची। सुरक्षा बल सने 3600 जख्मी। बिहार में हुण तक का सब तो वड्डा नक्सली हमला होया। बीती रात गया औरंगाबाद बॉर्डर से इमामगंज में नक्सलियों ने सीआरपीएफ के काफिले से घात लगा के हमला किया। नक्सलियों ने पहला सुरक्षा बलों के सर्च पार्टी से अंधाधुंध फायरिंग की थी, फिर लैंड माइंस ब्लास्ट किए। हमले में 10 जवान शहीद हुए ने जबकि कई जवान जख्मी हो गए ने जिन्हों इलाज लिए हैलीकॉप्टर राही पटना भेजा गया। उत्तराखंड च बारिश और लैंडस्लाइडिंग नाल थां थां रस्ते बंद। उत्तराकाशी विच गंगोत्री गौमुख रूट से फसे हुए लोगों नूं रेस्क्यू किया गया। असाम च हड़ की वजह नाल तकरीबन 2 लाख लोग प्रभावित हुए ने। हुण तक एक व्यक्ति की मौत हो चुकी है जबकि 6 जिलों के 238 पिंडां विच हड़ दी चपेट विच ने। सूबे विच ब्रह्मपुत्र नदी खतरे निशान तों उपर बह रही है। राहत बचाव के काम विच 28 टीमां नूं लगाया गया। आईजी हिसार दी यूथ अगेंस्ट ड्रग्स मुहिम नाल जुड़े पंजाब नौजवान खुद नशे दे हनेरे तो निकल के हुण समाज नूं नशे दे दलदल तो कढ़न दा चुक्या जिम्मा।
ਪੱਛਮ ਬੰਗਾਲ 'ਚ ਪੁਲਿਸ ਨੇ ਧਮਾਕਿਆਂ ਦੀ ਵੱਡੀ ਸਾਜ਼ਿਸ਼ ਨਾਕਾਮ ਕਰ ਦਿੱਤੀ ਹੈ। ਬਰਦਵਾਨ ਦੇ ਵੱਖ ਵੱਖ ਇਲਾਕਿਆਂ 'ਚ ਪੁਲਿਸ 653 ਦੇਸੀ ਬੰਬ ਬਰਾਮਦ ਕੀਤੇ ਨੇ। ਬੰਬ ਬਣਾਉਣ ਅਤੇ ਰੱਖਣ ਦੇ ਇਲਜ਼ਾਮ ਦੇ ਵਿੱਚ ਪੁਲਿਸ ਨੇ 1117 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਦੇਸੀ ਬੰਬਾਂ ਦੀ ਦੂਜੀ ਖੇਪ ਕੇਤੂ ਗ੍ਰਾਮ ਪਿੰਡ ਦੇ ਇੱਕ ਕਲੱਬ ਤੋਂ ਬਰਾਮਦ ਕੀਤੀ ਗਈ ਹੈ। 653 ਬੰਬ ਤੋਂ ਇਲਾਵਾ ਪੁਲਿਸ ਨੇ 26 ਹਥਿਆਰ, 28 ਜ਼ਿੰਦਾ ਕਾਰਤੂਸ ਅਤੇ ਭਾਰੀ ਮਾਤਰਾ ਦੇ ਵਿੱਚ ਗਾਂਜਾ ਅਤੇ ਸ਼ਰਾਬ ਵੀ ਜ਼ਬਤ ਕੀਤੇ ਹਨ। ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨੇ ਯਮੁਨਾ ਦੀ ਸਫਾਈ ਦੇ ਲਈ 14 ਨਵੇਂ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦੇ ਦਿੱਲੀ ਜਲ ਬੋਰਡ ਦੀ ਯੋਜਨਾ ਤੇ ਸਵਾਲ ਚੁੱਕੇ ਨੇ। ਬੋਰਡ ਨੇ DJB ਨੂੰ ਮੌਜੂਦਾ ਪਲਾਂਟਸ ਦਾ ਬਿਹਤਰ ਇਸਤੇਮਾਲ ਕਰਨ ਨੂੰ ਕਿਹਾ ਹੈ। NGT ਨੂੰ ਸੌਂਪੀ ਗਈ ਆਪਣੀ ਰਿਪੋਰਟ ਦੇ ਵਿੱਚ ਬੋਰਡ ਨੇ ਕਿਹਾ ਹੈ ਕਿ ਦਿੱਲੀ ਜਲ ਬੋਰਡ ਨੇ ਜਿਨ੍ਹਾਂ ਥਾਵਾਂ ਤੇ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦੀ ਯੋਜਨਾ ਬਣਾਈ ਹੈ ਉਹਨਾਂ ਨੂੰ ਵਿਕਸਿਤ ਹੋਣ ਦੇ ਵਿੱਚ 30 ਤੋਂ 40 ਸਾਲ ਲੱਗਣਗੇ। ਦਿੱਲੀ 'ਚ ਰੋਜ਼ਾਨਾ 42 ਮਿਲੀਅਨ ਲੀਟਰ ਗੰਦਾ ਪਾਣੀ ਯਮੁਨਾ ਵਿੱਚ ਡਿੱਗਦਾ ਹੈ। ਦਿੱਲੀ 'ਚ ਮੌਨਸੂਨ ਦੀ ਸ਼ੁਰੂਆਤ ਦੇ ਨਾਲ ਹੀ ਬਿਮਾਰੀਆਂ ਦਾ ਪ੍ਰਕੋਪ ਵੀ ਵੱਧ ਗਿਆ ਹੈ। ਹੌਸਪਿਟਲਸ ਦੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਸਾਲ ਹੁਣ ਤੱਕ ਡੇਂਗੂ ਦੇ 50 ਮਰੀਜ਼ ਸਾਹਮਣੇ ਆਏ ਨੇ, ਇਹਨਾਂ ਵਿੱਚੋਂ 22 ਸਿਰਫ ਜੁਲਾਈ ਮਹੀਨੇ ਵਿੱਚ ਮਿਲੇ ਨੇ। ਮੁੰਬਈ ਤੋਂ ਛੇਤੀ ਇੰਟਰਨੈਸ਼ਨਲ ਕਰੂਜ਼ ਸਰਵਿਸ ਸ਼ੁਰੂ ਹੋਵੇਗੀ। ਬੰਬੇ ਪੋਰਟ ਟਰੱਸਟ ਨੇ ਸੋਮਵਾਰ ਨੂੰ ਕਰੂਜ਼ ਸਰਵਿਸ ਦੇਣ ਵਾਲੀ ਇੱਕ ਨਿੱਜੀ ਕੰਪਨੀ ਨਾਲ ਕਰਾਰ ਕੀਤਾ ਹੈ। ਹੁਣ ਉਹ ਕਰਦੇ ਆ ਕੁਝ ਕੌਮਾਂਤਰੀ ਖਬਰਾਂ ਦਾ। ਟਰਕੀ ਦੇ ਸਾਬਕਾ ਏਅਰਫੋਰਸ ਚੀਫ ਅਕੀਨ ਔਸਟਰਕ ਨੂੰ ਤਖ਼ਤਾਪਲਟ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਖਬਰ ਇਹ ਵੀ ਹੈ ਕਿ ਉਹਨਾਂ ਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਹੈ। ਸੀਰੀਆ ਤੋਂ ਇੱਕ ਹੋਰ ਹਵਾਈ ਬੰਬਾਰੀ ਦਾ ਵੀਡੀਓ ਸਾਹਮਣੇ ਆਇਆ। ਅਲੇਪੋ ਸ਼ਹਿਰ ਵਿੱਚ ਹੋਈ ਬੰਬਾਰੀ ਵਿੱਚ 28 ਲੋਕਾਂ ਦੀ ਮੌਤ ਹੋ ਗਈ। ਇਹ ਬੰਬਾਰੀ ਕਿਸਨੇ ਕੀਤੀ ਹੈ ਇਸਾ ਨਹੀਂ ਹੈ। ਸਪੇਨ ਇਨ ਦਿਨੀ ਭਿਆਨਕ ਗਰਮੀ ਦੀ ਚਪੇਟ ਵਿੱਚ ਹੈ। ਕਈ ਇਲਾਕਿਆਂ ਵਿੱਚ ਤਾਪਮਾਨ 41 ਡਿਗਰੀ ਤੱਕ ਪਹੁੰਚ ਗਿਆ। ਰਾਜਧਾਨੀ ਮੈਡ੍ਰਿਡ ਵਿੱਚ ਵੀ ਤਾਪਮਾਨ 39 ਤੇ 40 ਡਿਗਰੀ ਤੱਕ ਪਹੁੰਚ ਚੁੱਕਾ ਹੈ। ਵੀਅਤਨਾਮ ਦੀ ਲੜਾਈ ਵਿੱਚ ਆਪਣੇ 44 ਸਾਥੀਆਂ ਦੀ ਜਾਨ ਬਚਾਉਣ ਦੇ ਲਈ 40 ਸਾਲ ਦੇ ਰਿਟਾਇਰਡ ਲੈਫਟੀਨੈਂਟ ਕਰਨਲ ਚਾਰਲਸ ਕੈਟਲ ਨੂੰ ਮੈਡਲ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਕੈਟਲਸ ਨੂੰ ਇਹ ਸਨਮਾਨ ਤਕਰੀਬਨ 50 ਸਾਲ ਬਾਅਦ ਮਿਲਿਆ ਹੈ। ਟਰਕੀ ਦੇ ਪ੍ਰਧਾਨ ਮੰਤਰੀ ਬਿਨਾਲੀ ਨੇ ਇੱਕ ਵਾਰ ਫਿਰ ਤੋਂ ਤਖ਼ਤਾਪਲਟ ਦੀ ਨਾਕਾਮ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਅਮਰੀਕਾ 'ਚ ਰਹਿ ਰਹੇ ਧਰਮਗੁਰੂ ਫਤਿਹਉੱਲਾ ਗੁਲੇਨ ਨੂੰ ਸੌਂਪਣ ਦੀ ਮੰਗ ਕੀਤੀ ਹੈ। ਉਧਰ ਇਸ ਮੁੱਦੇ 'ਤੇ ਅਮਰੀਕੀ ਵਿਦੇਸ਼ ਮੰਤਰੀ ਜੌਨ ਕੈਰੀ ਨੇ ਕਿਹਾ ਕਿ ਟਰਕੀ ਦੇ ਇਸ ਨਾਲ ਜੁੜੇ ਸਬੂਤ ਦੇਣ ਦੇ ਬਾਅਦ ਹੀ ਅਮਰੀਕਾ ਕੋਈ ਕਦਮ ਚੁੱਕ ਪਾਵੇਗਾ। ਹੁਣ ਮਨੋਰੰਜਨ ਜਗਤ ਦੀਆਂ ਕੁਝ ਖਬਰਾਂ। ਸਲਮਾਨ ਖਾਨ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਬਾਲੀਵੁੱਡ ਵਿੱਚ ਐਂਟਰੀ ਦਾ ਆਫਰ ਦਿੱਤਾ ਹੈ। ਮੁੰਬਈ ਵਿੱਚ ਸਾਨੀਆ ਦੀ ਆਟੋਬਾਇਓਗ੍ਰਾਫੀ ਦੇ ਲਾਂਚ 'ਚ ਪਹੁੰਚੇ ਸਲਮਾਨ ਖਾਨ ਨੇ ਕਿਹਾ ਕਿ ਟੈਨਿਸ ਤੋਂ ਇਲਾਵਾ ਸਾਨੀਆ ਮਿਰਜ਼ਾ ਚਾਹੇ ਤਾਂ ਬਾਲੀਵੁੱਡ ਦਾ ਵੀ ਰੁੱਖ ਕਰ ਸਕਦੀ ਹੈ।